सत श्री अकाल जी, संधू डेयरी फार्म से तुहाडा स्वागत है। पिंड भोले के जिला गुरदासपुर ते दोबारा फिर पहुंचे सरपंच डेयरी फार्म से। पहला मौका मिलिया थी, बहुत प्यार दिता तुसीं ने, ओह वीडियो नूं 25,000 तो उपर लोग देख चुके हैं, एक हफ्ते के करीब हुआ थोड़ी जी, है ना। ते अज फिर नवा माल लेके आया सरपंच, ते लेके भी हरियाणे च टॉप दियां मईयां एदां दे रंगीने फड़िया भी देखण ते तां की ओही गल आ, तारीफ करन ते तुसीं ऑटोमैटिक आप ही मजबूर हो जाओगे। ते कल्ली कल्ली मैं नहीं लवांगे डिटेल, जिमे मैं मेहनत करके जे अपना सरपंच नाल प्यार आ, है ना, 250-300 किलोमीटर आपां सुने इक सरपंच दी, कल्ले सरपंच दी वीडियो करदे इत्थे आया। ते जे मैं कहां भी एरिया तां काफी पै जांदा, है ना, पर कोई किसी भी सज्जन नाल जदों लगा हुंदा तां बाटा ओही गल आ, बाहरियां नहीं लगदियां। फिर ते अज आपां तुहानूं जानवर दिखावांगे, कल्ली कल्ली दी लवांगे डिटेल। वीडियो नूं लास्ट तक जरूर देखियो, लाइक शेयर कमेंट ओ वध तो वध कर दियो, क्यों कमेंट पढ़ना भी थोड़ा वखरा नजारा। कई सज्जण तां कमेंट ऑफ करके वीडियो पाउंदे आ, ते इह वी इक है ना, कमेंट आपां जिहड़े चालू रखदे आ इह वी जे आपणा साफ सुथरा कम आ तां ही चालू रख हुंदे आ, नहीं तां फिर ओही गल आ, जिहड़ा कोई माड़ा टा कम करू आ जा करू ओनू कमेंट आप ही ऑफ करने पै जांदे आ। लै आ बाहलियां गल्लां ना करिए, आपां सरपंच साहब नाल मिला दिए, कल्ली कल्ली मैं नहीं डिटेल, रेट दुध दी जानकारी पुख्ता जी जमी बस नेड़े लगदी गल करांगे। आ जी सरपंच जी, सत श्री अकाल। संधू सत श्री अकाल जी, संधू चैनल डेयरी फार्म वेखा सारिया वीरां भरावां नूं अपने प्यार भरी सत श्री अकाल, ਤੁਹਾਡਾ ਧੰਨਵਾਦ ਹੈ ਦਿਲ ਤੋਂ। ਹਾਂਜੀ ਹਾਂਜੀ, ਅਸੀਂ ਦਿਲੋਂ ਆਪਣੇ ਬਹੁਤ ਹੀ ਪਿਆਰ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਜੀ। ਹਾਂਜੀ, ਤੁਸੀਂ ਸਾਡੇ ਕੋਲ ਜੱਟ ਭਰਾ ਕੰਮ ਕਾਰ ਅੱਜ ਕੱਲ੍ਹ ਥੋੜਾ ਸੀਜ਼ਨ ਹੈ ਛੱਡ ਕੇ ਆਏ, ਅਸੀਂ ਵੀ ਚਲੋ ਬਿਜੀ ਬਿਜੀ ਹਾਂ ਥੋੜੇ, ਤੁਸੀਂ ਉੱਧਰ ਵੀਡੀਓ ਤਾਂ ਪਹਿਲਾਂ ਭਰਾਉਣੀ ਸੀ, ਆਪਾਂ ਉੱਧਰ ਆਪਣਾ ਮਾਲ ਵੇਖ ਗਿਆ, ਤੇ ਥੋੜੇ ਅਸੀਂ ਬਿਜੀ ਹਾਂ, ਮੈਂ ਥੋੜਾ ਜਿਹਾ ਚੰਡੀਗੜ੍ਹ ਗਿਆ, ਤੁਹਾਨੂੰ ਪਤਾ ਜੀਰੀ ਜਾ ਕੰਮ ਸੀਜ਼ਨ ਥੋੜਾ ਜਿਹਾ ਮਾੜਾ ਜਿਹਾ, ਪੌਦਾ ਪੌਦਾ ਬੀਜਣੀਆਂ, ਹਾਂ ਪੌਦਾ ਪੌਦਾ ਬੀਜਣੀਆਂ, ਕਿਉਂਕਿ ਥੋੜਾ ਜਿਹਾ ਆਪਣਾ ਲੇਟ ਫੇਟ ਹੋ ਗਿਆ, ਨਹੀਂ ਨਾ ਆਪਾਂ ਵੀਡੀਓ ਤੇ ਉੱਦਾਂ ਦਾ ਸੰਧੂ ਸਾਹਿਬ ਜਿਹੜੀ ਆਪਾਂ ਵੀਡੀਓ ਪਾਈ ਕਮਾਲ ਹੋ ਗਈ। ਇਹ ਕਹਿਣ ਦੀ ਨੀ ਗੱਲ, ਮੈਂ ਸਟੇਟਸ ਵੀ ਲਾਇਆ ਤੇ ਤੁਹਾਨੂੰ ਵੀ ਇਹ ਵੀਡੀਓ ਸੈਂਡ ਕੀਤੀ, ਠੀਕ ਆ, ਡੇਢ ਡੇਢ ਦੋ ਘੰਟੇ ਨਹੀਂ ਲੱਗੇ ਕਿ ਡੇਢ ਕੇ ਘੰਟੇ ਦੇ ਵਿੱਚ ਦੂਰ ਦੂਰ ਸਾਰਾ ਮਾਲ ਹੈ, ਇੱਕ ਮੈਂ ਸਿਰਫ ਦੁੱਧ ਨਹੀਂ ਰਹਿ ਗਈ ਘਰੇ ਆਪਣੇ, ਠੀਕ ਆ, ਉਹ ਦੋਧੀ ਘੱਟੀ ਰਹਿ ਗਈ ਬਸ ਆਪਣੇ, ਐਂ ਖਿੰਡ ਗਿਆ, ਐਂ ਖਿੰਡ ਗਿਆ ਵੀ ਤੁਹਾਡੀ ਡਾਊਨ ਹੋ ਗਈ, ਉਹ ਆਪਣਾ ਉਸ ਹੋ ਰਹਿ ਗਈ, ਨਹੀਂ ਡੇਢ ਘੰਟੇ ਸਭ ਵੇਲ ਹੀ ਹੋ ਗਿਆ ਕੰਮ ਜੀ, ਸਮਾਪਤੀ ਵਾਲਾ ਕੰਮ ਜਿਹਾ ਹੋ ਗਿਆ ਜੀ, ਬੜਾ ਪਿਆਰ ਦਿੱਤਾ। ਮੈਂ ਦੇਖੋ ਵੀਰਾਂ ਭਰਾਵਾਂ ਮਾਝੇ ਵਾਲਿਆਂ ਨੂੰ ਕਹਿੰਦਾ, ਸਾਰੇ ਵਧੀਆ ਵੀਰ ਭਰਾ ਕੰਮ ਕਰਦੇ ਆ, ਆਪਣੇ ਸੰਧੂ ਵੀਰ ਚੈਨਲ ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਫੋਲੋ ਕਰੋ, ਵੱਧ ਤੋਂ ਵੱਧ ਸਹਿਯੋਗ ਦਿਓ, ਨਹੀਂ ਸਾਡਾ ਫਰਜ਼ ਆਪਣੇ ਮਾਝੇ ਵਾਲੇ ਆਪਣੇ ਦਾ ਪ੍ਰੇਮ ਕਰਦੇ ਆ, ਭੋਗ ਆਪਾਂ ਕਿਹੜਾ ਕਿਸੇ ਨੂੰ ਮਾੜਾ ਕਹਿਣਾ, ਜੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਫੋਲੋ ਕਰੋ, ਠੀਕ ਹੈ ਨੀ ਗੱਲ, ਆਪਾਂ ਵੀਰ ਨੂੰ ਜੇ ਪ੍ਰੇਮ ਪਾ ਤੇ ਇਹਨੂੰ ਆਪਾਂ ਹੁਣ ਇਸ ਤੁਹਾਡੇ ਇਲਾਕਾ ਆਪਣੇ ਇਲਾਕੇ ਨਾ ਬਹੁਤ ਬੰਦੇ ਕਹਿੰਦੇ ਵੀਡੀਓ ਬਣਾਉਣੀ ਬਣਾਵਾਂਗੇ ਜ਼ਰੂਰ, ਪਰ ਜੇ ਚੰਗੇ ਜਾਨਵਰ ਦੀ ਬਣਾਵਾਂਗੇ, ਹੁਣ ਅੱਜ ਵੀ ਕਹਿੰਦੇ ਸੀ ਮੈਨੂੰ ਦੋ ਤਿੰਨ ਬੰਦੇ ਵੀਡੀਓ ਬਣਾਉਣੇ ਆ, ਆਪਾਂ ਇੱਕ ਮਹੀਨੇ ਬਣਾਉਣੀ, ਮੈਂ ਕਿਹਾ ਚਾਰ ਚਾਰ ਦਿਨ ਦੀ ਪਸ਼ੂ ਲਿਆਓ, ਥੋੜੇ ਚੰਗੇ ਲਿਆਓ ਭਾਈ, ਇੱਥੋਂ ਲਓ, ਇਹ ਨੀ ਗੱਲ ਵੀ ਹਰਿਆਣੇ ਜੁੜੀ ਜਾਣਾ, ਇੱਥੋਂ ਲਓ, ਆਪਾਂ ਲੋਕਲ ਲਓ, ਚੰਗੇ ਲਓ, ਬਣਾਵਾਂਗੇ ਵੀ ਸੰਧੂ ਸਾਹਿਬ। ਨਹੀਂ ਨਹੀਂ ਬਾਹਲਾ, ਜੇ ਆਪਾਂ ਕਹੀਏ ਨਾ ਸਰਪੰਚ, ਉਹੀ ਗੱਲ ਫੇਰ ਆ ਜਾਂਦੀ ਆ ਵੀ ਆਪਾਂ ਨੂੰ ਵੀਡੀਓ ਬਣਾਉਣ ਦਾ ਬਾਹਲਾ ਕੋਈ ਉਹ ਨੀ, ਬਸ ਇੱਕ ਜਿਸਦੇ ਨਾਲ ਪਿਆਰ ਆ, ਤੁਸੀਂ ਵੀ ਦੇਖਦੇ ਹੋ ਆਪਾਂ ਵੀਡੀਓ ਦਾ ਘੱਟੀ ਬਣਾਉਣੇ ਆ, ਬਣਾਉਣੇ ਖਰੇ ਜਾਨਵਰਾਂ ਚੰਗਿਆਂ ਦੀ, ਹੈ ਨਾ। ਤੇ ਆ ਮਈਆਂ ਦੇਖਾ, ਆ ਜਿਹੜੀ ਮੈਂ ਹੁਣ ਸਰ ਪੁੱਛਿਆ ਸਰਪੰਚ ਨੂੰ, ਮੈਂ ਸਰਪੰਚ ਆ ਸਪੈਸ਼ਲ, ਫਿਰ ਇਹ ਕਹਿੰਦਾ ਫਿਰ ਉਹੀ ਗੱਲ ਆ ਵੀ ਵੀਡੀਓ ਵੀ ਬਣਾਈਏ, ਇਕੱਠਾ ਕਰ ਦਈਏ, ਪਤਾ ਵੀ ਲੱਗੇ ਆ ਕੇ, ਹੈ ਨਾ, ਜਾਨਵਰ ਕੋਈ ਲੈ ਕੇ ਆਉਂਦਾ, ਜਾਨਵਰ ਇੱਦਾਂ ਇੱਦਾਂ ਦੀਆਂ ਸਰਪੰਚ ਮਈਆਂ, ਜਿਵੇਂ ਹੁਣ ਸੂਆ ਘੱਟ ਆ, ਔਖਾ ਕੰਮ ਲੈਣੀ ਸਾਹਿਬ, ਹੁਣ ਸੂਆ ਥੋੜਾ ਘੱਟ ਹੈ, ਫਿਰ ਵੀ ਚਲੋ ਮਾਲਕ ਦੀ ਕਿਰਪਾ ਨਾਲ ਕਰ ਲਈਆਂ ਗੁਜ਼ਾਰੇ ਲੱਗੀਆਂ 5 ਸਾਲ ਤੱਕ, ਖੜ ਗਿਆ 1 ਮਹੀਨਾ ਸੰਧੂ ਸਾਹਿਬ, ਕੀ ਮਿਲ ਦਾਂਗੇ ਮਈਆਂ ਵਾਲੀਆਂ ਵੀ, ਤੇ ਰੇਟ ਵੀ ਬਿਲਕੁਲ ਡਾਊਨ ਤੇ ਪਲੱਸ 15-20 ਵਾਲੀਆਂ, 20-20 ਕਿਲੋ ਵਾਲੀਆਂ, ਇਹ ਤਾਂ ਬਿਲਕੁਲ ਰੇਟ ਡਾਊਨ ਹੀ ਜਾਵਾਂਗੇ, ਬਸ 5,000 ਕਮਾਈ ਰੱਖ ਕੇ ਤੇ ਚੰਗੇ ਜਾਨਵਰ ਪਸ਼ੂ ਹਰਿਆਣੇ ਦੇ ਲਿਆ ਕੇ, ਤੂੰ ਆ ਮਈਆਂ ਦਾ ਜੋੜਾ ਦੇਖ ਲੈ, ਇਹਦੀ ਵੀ ਲਾਸਟ ਚ ਡਿਟੇਲ ਲਵਾਂਗੇ, ਆ ਜਾ ਅੱਗੇ ਆ ਜਾ, ਇਹਦੀ ਡਿਟੇਲ ਜਾਣਨ ਵਾਸਤੇ ਲਾਸਟ ਤੱਕ ਬਣੇ ਰਹੋ। ਚਾਰ ਦੰਦ ਕੱਟੀ, ਆਹ ਦੋ ਦੰਦ ਕੱਟੀ ਤੇ ਸ਼ੁਰੂ ਕਰਦੇ ਆ ਸਰਪੰਚ, ਇਹਦੀ ਕੀ ਡਿਟੇਲ ਆ ਬਾਈ ਸੰਧੂ ਸਾਹਿਬ, ਦੋਨੇ ਮਾਰਦੇ ਕੈਮਰਾ,
ਦੋ ਦੰਦ ਜੀ ਮੂੰਹ ਕੱਟੀ ਚੋਲੇ ਕੋਈ ਕੰਡਾ ਲਿਆ ਕੇ ਚੋਲੇ ਦੋ ਡੰਗ ਚੋਲੇ ਚਾਰ ਡੰਗ ਚੋਲੇ ਠੀਕ ਆ ਸੋਨ ਵਾਲਾ ਦੁੱਧ ਇਹਦੇ ਕੋਲ 12 ਕਿਲੋ ਨੈੱਟ ਤਿਆਰ ਹੋ ਗਿਆ 12 ਕਿਲੋ 7-8 ਦਿਨ ਦੀ ਸੂਈ ਹੋਈ ਆ ਠੀਕ ਆ ਥੋੜੀ ਜਿਹੀ ਝੋਟੀ ਪਰਸੋਂ ਪੈਂਡੇ ਜੀ ਥੋੜੀ ਜਿਹੀ ਪੈਂਡਾ ਕਰਕੇ ਬੁਝਿਆ 450 ਕਿਲੋਮੀਟਰ ਪੈਂਡਾ ਕੱਢ ਕੇ ਆਈਆਂ ਠੀਕ ਆ ਪਰ ਚੋਣ ਵਾਲਾ ਤੁਹਾਨੂੰ ਸਭ 12 ਕਿਲੋ ਦੁੱਧ ਰਹਿ ਰਹੀ ਹੁਣ 12 ਕਿਲੋ ਦੇਵਾਂਗੇ ਚੋ ਕੇ ਦੇਵਾਂਗੇ ਦੋ ਡੰਗ ਆਪਾਂ ਤਾਂ ਮੈਂ ਹੀ ਉਹਨੂੰ ਦੇਵਾਂਗੇ ਜਿਹੜਾ ਵੀਰ ਭਰਾ ਆਪਣੇ ਉਹ ਮੈਚ ਲਏ ਜਿਹਨੇ ਦੋ ਡੰਗ ਚਵਾ ਕੇ ਹੀ ਖੜਨੇ ਠੀਕ ਆ ਸੋਨ ਵਾਲਾ ਭਾ ਮਾਝੀ ਨਹੀਂ ਗਏ ਬਹੁਤ ਘੱਟ ਰਹੇ ਜੀ अपने रेट फिर राजस्थान ना पंजाब बाकी ਸੰਧੂ ਇੱਕ ਗੱਲ ਹੋਰ ਹੈ ਚੈਲੰਜ ਕੋਈ ਮੈਂ ਪੰਜਾਬ ਦੀ ਕਹਿ ਦੇ ਜਾਂ ਕੋਈ ਪਿੰਡ ਦੀ ਵੀਡੀਓ ਸਾਬਤ ਕਰਕੇ ਮੈਂ ਜਿਹੜੀ ਮਰਜ਼ੀ ਫ੍ਰੀ ਬੋਲਦਾ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਸਰਪੰਚ ਦੇ ਰੇਟ ਕਈ ਵਪਾਰੀਆਂ ਨੂੰ ਚੁੱਭਦੇ ਆ ਕਿਉਂ ਕਈ ਵਾਰੀ ਅਗਲਾ ਕਹਿੰਦਾ ਵੀ ਘਾਟਾ ਪਾ ਕੇ ਮੰਝਾਂ ਦਿੱਤੀਆਂ ਨੇ ਘਾਟਾ ਪਾ ਕੇ ਕਿਹੜਾ ਦੇ ਦੂ ਬਈ ਜੇ ਘਾਟਾ ਪਾ ਕੇ ਦੇਵਾਂ ਜਿੰਨੀ ਕਮਾਉਂਦੀ ਆ ਉਨੀ ਕ ਮੈਂ ਦੇ ਬਹੁ ਸਾਰੀ ਫਿਰ ਦੁੱਧ 12 ਕਿਲੋ 2 ਕਿਲੋ 2 ਕਿਲੋ ਤਾਜ਼ੀ ਸੀ ਮਾੜੀ ਮੋਟੀ ਔਲ ਕਰਦੀ ਆ ਕਿੰਨੇ ਪੈਸੇ ਪੈਸੇ ਜਾਣੇ 1,05,000 ਮੁੱਲ ਸਾਰਾ 1,05,000 ਮੁੱਲ ਇਹ ਫਿਕਸ ਰੇਟ ਨਹੀਂ ਹੈਗੇ ਆਪਾਂ ਹਾਂ ਲੱਖ ਦੀ ਯਾਰ ਗੈੜ ਘੁੰਮੂ ਸੂਈ ਹੋਰ ਘਟਦੇ ਨੇ ਸੰਦੂਗਾ ਲੱਖ ਗਿਆ ਹੋਰ ਮਾਨਸ ਬਾਰ ਹੋਰ ਕਰਦੇ ਹੋਰ ਆਇਆ ਆ ਗਿਆ ਦੂਜੇ ਨੰਬਰ ਤੇ ਸਰਪੰਚ ਇਹਦੀ ਕੀ ਗੱਲਬਾਤ ਆ ਇਹਦੇ ਕੋਲ ਚੋਣ ਵਾਲਾ ਦੁੱਧ ਹੋਏ 16 ਹੋਏ 17 ਹੋਏ ਪਰ ਇਸ ਵੇਲੇ ਆਪਾਂ ਮੌਕੇ ਰਹਾ ਜਾ ਕਰਾਂਗੇ 14 ਕਿਲੋ ਠੀਕ ਆ ਗਾੜ ਦੀ ਉਹ 1.5 ਕਿਲੋ ਬਸ ਠੀਕ ਆ ਪਰ ਦੁੱਧ ਇਹਦੇ ਕੋਲ 14 ਕਿਲੋ ਮੈਂ ਗਾੜ ਦੀ ਤੇਰੀਆਂ ਮੰਝਾਂ ਗਾੜ ਦੀਆਂ 4 ਕਿਲੋ ਕਿਉਂ ਨਹੀਂ ਦਿੰਦੀਆਂ ਮੈਂ ਜਿੰਨਾ ਹੋਊ ਮੈਂ ਸੱਚ ਬੋਲਦਾ ਮੈਂ ਤਾਂ ਆਪਾਂ ਝੂਠ ਵਾਲਾ ਕੰਮ ਨਹੀਂ ਕਰੀ ਹਾਂ ਇਹ 1.5 ਕਿਲੋ ਆਪਣੀ ਗਾੜ ਦੀ ਹੋਗੀ ਤੇ 14 ਕਿਲੋ ਨੈੱਟ ਦੁੱਧ ਪਰ ਗਾੜੀਓ 1.5 ਕਿਲੋ ਕਹਿ ਕੇ ਮੁੱਕ ਜੂਗਾ ਪਿੱਛੋਂ ਨਹੀਂ ਮੁੱਕਣ ਦਾ ਨਾਂ ਲੈ ਨਾ ਉਹ 4-4.5 ਕਿਲੋ ਕਿਸੇ ਦੀ ਮੈਂ ਨਾ ਜੇ ਗਾੜ ਹੈਗਾ ਕੋਈ ਇਹਨਾਂ ਦੇ ਦੱਸੋ ਕਮੈਂਟ ਜ਼ਰੂਰ ਕਰੇ ਹੁੰਦਾ 4.5 ਕਿਲੋ ਗਾੜ ਚੋਇਆ ਤੈਂ ਕਦੇ ਮੈਂ ਨਹੀਂ ਚੋਇਆ ਤੁਹਾਨੂੰ ਮੈਂ ਵੀ ਬੜੀਆਂ ਮਈਆਂ ਰਹਿਣ ਜਿਹੜਾ ਜਿਵੇਂ ਤੁਹਾਨੂੰ ਮੈਂ ਕਹਿ ਰਿਹਾ ਉਹ 3 ਕਿਲੋ ਤੱਕ ਤੇ ਹੈਗੀਆਂ ਚਲੋ ਹਾਂ 3 ਕਿਲੋ ਤਾਂ ਹੋ 4.5 ਕਿਲੋ ਵਾਲਾ ਔਖਾ ਕੰਮ ਓਏ ਮੇਰੇ ਲਈ ਤਾਂ ਔਖਾ ਜੇ ਮੈਨੂੰ ਸਾਡੀਆਂ 3 ਪੀੜੀਆਂ ਲੰਘ ਗਈਆਂ ਜੇ ਦਾਦਾ ਕਰਦੇ ਡੈਡੀ ਕਰਦੇ ਮੈਂ ਵੀ ਕਰਦੇ ਮਾਰਕੀਟ ਉੱਤੇ 5 ਸਾਲ ਹੋ ਗਏ ਆ ਪਰ ਮੈਂ ਨਹੀਂ ਏਡੀ ਮੈਂ ਵੇਖੀ ਵੀ ਚਲੋ ਮੈਂ ਤਾਂ ਆਪੇ ਬਾਲੀਆਂ ਚੰਗੀਆਂ ਚੰਗੀਆਂ ਲਿਆਉਂਦੇ ਆ ਕਿੰਨੇ ਪੈਸੇ ਇਹਦਾ ਮੁੱਲ 1.35 ਪਰ ਫਿਕਸ ਰੇਟ ਨਹੀਂ ਬਿੰਨਾ ਵਾਧਾ ਘਾਟਾ ਦੂਜਾ ਸੂਆ ਰੀਜਨਲ ਦੂਜਾ ਸੂਆ ਸਰਪੰਚ ਇੱਕ ਹੋਰ ਗੱਲ ਕਹਿੰਦਾ ਵੀ ਇਹ ਰੇਟ ਫਿਕਸ ਨਹੀਂ ਹੈਗੇ ਇੱਥੇ ਬਾਦ ਘਾਟ ਸਮੇਂ ਮੁਤਾਬਕ ਹੋ ਜੂਗੀ ਸਮੇਂ ਮੁਤਾਬਕ ਹੋ ਜੂ ਆਹ ਕੱਟੀ ਵੀ ਦਿਖਾ ਓਏ ਆਹ ਕੱਟੀ ਨਾ ਜੇ ਮੈਂ ਕਹਾਂ ਵੀ ਜਿਹੜੀਆਂ 2-3 ਚੀਜ਼ਾਂ ਤੇ ਜੇ ਮੈਂ ਕਹਾਂ ਪੁੱਛਿਆ ਵੀ ਆਹ ਸਰਪੰਚ ਇਹਦੇ ਕੀ ਗੱਲਬਾਤ ਆ ਮੈਨੂੰ ਸਰਪੰਚ ਨੇ ਹੱਸ ਕੇ ਟਾਲਤਾ ਦੇਖੀ ਥੱਲੇ ਮਾਰੀ ਦਾ ਕੈਮਰਾ ਮੋਟਾ ਮੋਟਾ ਚੋਣ ਨਾ ਸਰੀਰ ਵੇਖਦਾ ਕੀ ਮਲਾਇਮ ਲੇਵਾ ਵੀ ਯਾਰ ਜੇ ਮੈਂ ਕਹਾਂ ਹਜੇ ਘੰਟਾ 2 ਘੰਟੇ ਚਵਾਈ ਨੂੰ ਟੱਪਿਆ ਬਣੀ ਤਾਂ ਕਿਤੇ ਐ ਖੜੀ ਆ ਜਿਵੇਂ ਮੰਡੀ ਹੁੰਦੀ ਆ ਹੈ ਨਾ ਤੇ ਸਿੰਘ ਸੁੰਘ ਦੀ ਕੁਆਲਿਟੀ ਬਾਤੀ ਛੱਡ ਦੋ ਮੂੰਹੋਂ ਵੀ 4 ਦੰਦ ਰੀਜਨਲ ਇਹਦਾ ਵੀ ਕਰਦੇ ਸਰਪੰਚ ਕੋਈ ਮਾਨਤਾਨ ਗੱਲਬਾਤ ਮੁੱਲ ਹਾਂ ਮੁਕਤੀ ਹੈ ਇਹਦਾ ਮੁੱਲ 1.30 1.30 ਚੋ ਵੀ ਹੋਰ ਛੱਡਾਂਗੇ ਹੋਰ ਕਰਾਂਗੇ ਮਨਸਤਾਰ ਆਪਣੇ ਫਿਕਸ ਰੇਟ ਨਹੀਂ ਹੋਰ ਵੀ ਛੱਡਾਂਗੇ ਪਰ ਇਹ ਰੇਟ ਸੰਧੂ ਸਾਹਿਬ ਨਹੀਂ ਮਿਲਣੇ ਕਿਤੇ
झोटी जी दुध ला लो 14 किलो रेहड़ी हूं जमा ताजी सुई आ 7 to 8 दिन की सुई है नौ दिन नहीं होगा जोर पसमाल एक नंबर क्वालिटी बहुत ज्यादा कट्टी दी ठीक है बहुत ही ज्यादा चंगी है ठीक है धार एदा दी है भाई कोई बच्चा धार कर लेगा ठीक है तो रेट एदा भी बिलकुल सही है गलत पासे लाउना है ना किसी नूं हां 14-15 ते तुसी किस्मत भी आ सकदे हो इहदे फिर के पैसे मेरा संधू साहब रूल हो जेरा जिन्ना दुध जिहदे ते 13-13 पर जेरा लेवा नूं 16-17 वाला जांदा कोठे कि एक कवा दहां का कत्ते कहूं चाली गल्लां हुंदियां ने8000 खर्चा 8000 मेरा भी हो दूजा सूआ 6 दंद 14 किलो दुध बिलकुल 14 किलो रेहड़ी 14 किलो रेहड़ी आ पैसे 1.35 रंग वन में जात क्वालिटी आला चवाई एदा दी होगी भी भाई लेडीज कट ले बच्चा कट ले पता की गल जे चवाई मेरी मैं नहीं माड़ी दूरों बंदा मेरा वीर आए ओनू तेल खर्चा मेरे फ्री बाकी मैं भी हिट कर ले सरपंच आ दस दे अगले नूं क्यों पहली ओही गल बात भी बादी शादी कह के देवांगे की आ झोटी नूं थोड़ियां बोलियां भला पईआं गुड़ गुड़ पाया खाली कर ले जमा पता लग जू झोटी कोई साइड फैड की गरंटी होगी 100% बचाले एक गिठ पैंदी ए गिठ भी नहीं पैनी फुट तो थोड़ा जा कम बाहर ही है जापदा मेनू का हां जो बिहारी झोना नहीं लाउंदे चक्कर बिहारी झोना थोड़ा बिरला लाउंदे थन तुसी चेक कर लो भी कले कले थन चो दुध 4-4 लीटर का हक्का रख दिया ने कले कले चो ने क्यों किन्ना जोश आला वड्डी वेखो गड्डी है जी सरपंच किन्ना दुध आ भाई कहन जो मर्जी की 16 किलो चवा लांगे16 किलो बिलकुल 4 किलो गाल कह दे
दो डंग चोले तीन डंग चोले चार डंग चोले को पाइया खंड की हराफेरी होगी किलो की हराफेरी नहीं होगी सोलह जो पाइया वध भी जाऊ तो पाइया घट भी होता यार जिवे मेनू अपनी रेशमा मैं भी चवाई हुई आ ओ पांच किलो जंप भी मार दी थी ते ओ पांच किलो कई बार डाउन भी रह जाती थी ओ मैंने 37 किलो 600 ग्राम भी चखाया फिर गल्लां दे ओही गल्लां संजय बाप रे गल बाकी बहुत चंगी कद काट वेला बंदा जदम नस्ल जनात काट भी बहुत ज्यादा झोटी थी बाकी दुध 20 किलो जे इन्हें नहीं देना तो फिर देना पर गर्मी आउड़ी 17 किलो दे बड़ा पैसे किन्ने लिए मुल एक सठ हो जूगा कम डाल थले कर दांगे डेढ़ दी दे दांगे कहना 16 लीटर आली देख लो होर मास कर करांगे चो पर झोटी नु चोण लगा दे के गल्ला गाहियां गल्ला बातां गाहियां गल्ला बातां ने एक गल सुनो होर दसदा मैं अज शुरुआत च दसना भुल गया जेड़े कोई कबड्डी दे शकीन ने सज्जन आपां भी देखो शुरू तो कबड्डी नाल जुड़े रहे प्रशंसा करदे रहे तुसी ने कदे खेडदा देखिया होना या नाम सुनिया होना दुनिया दुनिया घबरा थी जे मत्ता खेडू और औखा कम मत्ते ने उंगल बड़ा मालिक की कृपा ने ना छा बनावे कई बिना भरा पता नहीं लगता नहीं किसी पता लगता मत्ते ही करे मत्ता अपना सगा चाचा मत्ता सगा चाचा मुंडे का एडा क वड्डा प्रमाण होया ना भाई मत्ता जिन्हें कहते वही गल अज भी मेन लगता 10 साल हो गए 10 साल छोटी छड्डी उन्हें जी 2007 तो लाके 2011 तक दुनिया चो ओही गल मना ओही गल किन्नी कोने मेहनत की अज भी कहते शरीर ची देख लियो उंगल नी कढ़दी चौबर दे हां एडा क ज्यादे भलवान ओ भी मलावा जी कहते हुण तुसी ओ मत्ते तो भी झोटी बाकी डिटेल बाद थन भी दिखा देखी ए चारे थन दिखा दे इधर दिखा दे देख इधर दिखा दे चारे पास एन थोड़ी जी रीझ न दिखा दे क्यों एदा दया मूर्त घट्टी पैदा होंदिया ने घट्टी जमदिया ने देखो पिछले थन का गैप हो लेवा देखो किन्ना संगा लगे कच्ची एदा शरीर बनतर एदी लंबाई एदी उचाई तारीफ दे लायक नहीं तुसी आप देख लो भी एदा नहीं झोटी जो तुसी किसे अपने घरे घर का शिंगार बनाओगे ना ता थोड़े गेट च लंघिया वड़दा बंदा भी दुबारे मुड़ के झाकू भी आ की बन रखा एना ने आ की बन रखे एदा दे जानवर देखो हरियाणे च भी देखो घर घर ओही गल्ला पैदा चंगे सीमन लवा लवा उन्होंने नसल सुधार करी है तां किते जाके हुण अपने आपां पैसे नाल खरीद लैने चल ਉਹਨਾਂ ਨੇ ਪਾਲੀਆਂ ਨੇ ਉਹ ਲੋਕਾਂ ਨੇ ਸਰਪੰਚ ਇਹਦਾ ਥੱਲੇ ਕਿੰਨਾ ਪਈ ਹੁਣ ਸੰਧੂ ਸਾਹਿਬ ਦੀ ਪੂਰੀ ਵੀਡੀਓ ਹੈਗੀ ਜਿੱਥੋਂ ਪਿੱਛੋਂ ਲਈ ਆ ਡਰੈਸ ਹੈਗਾ ਮਾਲਕਾਂ ਦਾ ਸਾਰਾ ਕੁਝ ਹੈਗਾ ਇਹਨੇ HLD ਵਿੱਚ ਰਿਕਾਰਡ ਕਰਾਇਆ ਝੋਟੀ ਨੇ 1500 ਦਾ ਠੀਕ ਹੈ ਪਲੂਨ ਨੇ ਅਰਕਾ ਦੂਜਾ ਸੂਆ 6 ਦਾਂਦਿਆਂ ਨੂੰ ਠੀਕ ਹੈ ਅੱਜ 6ਵੇਂ ਜਣ ਦੀ ਰੀਜਨ ਬਿਲਕੁਲ ਸੂਈ ਹੈ ਪਿਛਲੇ ਘਰ ਦੀ ਵੀਡੀਓ ਬਣੀ ਆਪਣੇ ਕੋਲ ਸਾਰਾ ਪ੍ਰੂਫ ਹੈਗੇ ਇਹਦਾ ਚੋਣ ਵੀ ਬੜਾ ਚੰਗਾ ਚੋਣ ਦੇ ਇਦਾਂ ਦਾ ਲੱਗਾ ਵੀ ਮਸ
ਹਾਥੀ ਲਾਉਣ ਦੀ ਡੇਰਾ ਬਾਲਟੀ ਐਵੇਂ ਤਾਂ ਹੁੰਦੀ ਆ ਜਿਵੇਂ ਬਾਲਟੀ ਵੱਡੀ ਸਰਪਣੀ ਪਾ ਦੀ ਭਰ ਕੇ ਆ ਤਾਂ ਅੱਜਦੀ ਆ ਐਵੇਂ ਚੱਕਰ ਖੜਾ ਪਿਆ ਦਾ ਇਹਦਾ ਫਿਰ ਐਤਕੀ ਤਾਂ 17-18 ਕਿਲੋ ਬਣੂ ਹੁਣ 15 ਕਿਲੋ ਰੈਡੀ ਆ ਸਾਰਾ ਦੁੱਧ ਹੁਣ ਸੱਤਵੇਂ ਦਿਨ ਦੀ ਸੂਈ ਕਿਤੇ ਤਸੱਲੀ ਕਰ ਲੈ ਤਿੰਨ ਨਗ ਫਿਰ ਮੈਂ ਖੜਿਆ ਉਹ ਬੱਚੇ ਦਾ ਉਹ ਬੱਚਾ ਤਾਜ਼ਾ ਠੀਕ ਆ ਚੌਧਰ ਵੱਜਾ ਤਾਜ਼ਾ ਠੀਕ ਕੱਟੇ ਹੀ ਆ ਕੱਟੇ ਸਾਰੇ ਹਾਂ ਤੇ ਸਿੰਘ ਕੁਆਲਿਟੀ ਦੇ ਮੂੰਹ ਪੱਖੋਂ ਦਿਖਾ ਦੇ ਅੱਗੇ ਪਤਲੀ ਪਿੱਛੋਂ ਚੌੜੀ ਤੇ ਕੱਦ ਵੇਖ ਕੀ ਹੈ ਕੱਦ ਪੱਖੋਂ ਚੜਾਈ ਦਿਖਾ ਇਹਦੀ ਲੰਬਾਈ ਦਿਖਾ ਇਹਨੂੰ ਉਰਾਂ ਤੋਂ ਦਿਖਾ ਸਰਪੰਚ ਇਹ ਕਿੰਨੇ ਦੀ ਗਿਫਟ ਕਰੇਗਾ ਪੈਸੇ ਚਾਹੇ ਤੂੰ ਬਿਸ਼ੱਕ ਲੈ ਲੈ ਕਿਸੇ ਤੋਂ ਪਰ ਇਹ ਫੇਰ ਵੀ ਅਗਲੇ ਨੂੰ ਗਿਫਟ ਹੀ ਹੋਊਗਾ ਮੁੱਲ ਮਾਰਕੀਟ ਦੇ ਵਿੱਚ 2.5 ਵੀ ਹੈਗਾ ਤਿੰਨ ਵੀ ਹੈਗਾ ਚਾਹੇ ਤੂੰ 3.5 ਮੰਗੇ ਦਾ ਉਹ ਅੱਡ ਗੱਲ ਆ ਪਰ ਇੱਥੋਂ ਲੋਕ ਉਹ ਮੇਰਾ ਤੇ ਫਿਰ ਕੀ ਫਰਕ ਰਹਿ ਗਿਆ ਜੇ ਮੇਰਾ ਫਿਰ ਤਾਂ ਉਹਦਾ ਕਹਿਣ ਕੁੱਤੀ ਚੋਰਾਂ ਨਾਲ ਕੁੱਤੀ ਚੋਰਾਂ ਨਾਲ ਲਈ ਆਪਾਂ ਨੇ ਕਿੰਨੇ ਰੁਪਇਆ ਦੀ ਇਹਨੂੰ ਗਿਫਟ ਕਰੇਗਾ ਪਹਿਲੇ ਫੋਨ ਤੇ ਇਹ ਵਿਕੂਗੀ ਬਾਹਲੀ ਕਮਾਈ ਨੇ ਇਹ ਸੁਣ ਲਾ ਵੀ 16,000 ਰੁਪਇਆ ਨਜਾਇਜ਼ ਖਰਚਾ ਕੱਢ ਕੇ ਵੇਲਾ ਕਿੰਨੀ ਦੀ ਕੱਟੀ ਲਈ ਆ ਵਿੱਚ ਨੂੰ ਅਸੀਂ 2 ਦੀ ਵੇਚ ਸਕਦੇ ਹਾਂ ਕੱਟੀ ਨੂੰ ਰੂਪੇ ਉਹਦਾ ਕਹਾਣਾ ਚੰਦ ਚਾਰ ਚਾਰ ਚੰਦ ਚੱਕਮਾ ਲੱਗਿਆ ਹੋਇਆ ਕਿਸੇ ਨੂੰ ਰੂਪ ਨੀ ਕਿਸੇ ਨੂੰ ਉਹ ਨੀ ਹੁੰਦਾ ਹਨਾ ਸਾਰੇ ਕੱਕੇ ਨੀ ਪੂਰੇ ਹੋਇਆ ਕਰਦੇ ਇਹ ਚੋਟੀ ਚ ਸਾਰੇ ਕੱਕੇ ਪੂਰੇ ਆ ਬਾਕੀ ਤੁਸੀਂ ਨੇੜੇ ਆ ਕੇ ਦੇਖੋਗੇ 19 ਨੀ 21 ਲੱਗੂਗੀ ਬਾਕੀ ਜੋ ਉਹੀ ਗੱਲ ਆ ਸਰਪੰਚ ਤਾਂ ਕਹਿੰਦੀ ਆ ਵੀ ਤੁਸੀਂ ਨੇੜੇ ਆ ਕੇ ਲਓ ਹਨਾ ਆਪਾਂ ਵਿੱਚ ਤੱਕ ਦਮ ਰੱਖਦੇ ਨੀ ਗੱਲ ਵਿੱਚ ਦਾ ਦਮ ਨੀ ਰੱਖਦੇ ਅਸੀਂ ਇਹਨੂੰ ਆਪਣੇ ਮਾਲਕ ਦੀ ਇੰਨਾ ਕੀ ਕਿਰਪਾ ਵਾ ਚਲੋ ਬਰਨਾਲਾ ਜਿਹੜਾ ਕੱਲਾ ਕੱਲਾ ਪਿੰਡ ਦੀਪਗੜ੍ਹ ਐਰਾਗਵਾਲਾ ਜਿੰਨੇ ਟੱਲੇ ਆ ਸਾਰੇ ਕੱਲੇ ਕੱਲੇ ਰੜੇ ਪਏ 2006-7 ਇੰਨਾ ਮਾਲਵੇ ਚ ਮਾਲ ਲਿਆਂਦਾ ਮਾਲ ਅਸੀਂ ਬਿਨਾਂ ਬੁੜੀ ਤੋਂ ਬਾਲਾ ਵੇਚਿਆ ਪਰ ਦਮ ਵੀ ਰੱਖਦੇ ਨੂੰ ਵੇਚਣ ਦਾ 2 ਦਾ ਵੀ ਰੱਖਦੇ ਨੇ 2.5 ਦਾ ਵੀ ਵੇਚਣ ਦਾ ਰੱਖਦੇ ਆ ਪਰ ਫਿਰ ਆਪਣੀ ਵੀਡੀਓ ਦਾ ਫਿਰ ਤਾਂ ਹੀ ਇੰਤਜ਼ਾਰ ਲੋਕੀ ਕਰਦੇ ਤੇ ਫੋਨ ਬਾਹਲੇ ਲੋਕ ਕਰਦੇ ਆ ਵੀ ਮੈਨੂੰ ਨਾ ਇੱਕ ਆਪਣਾ ਫੌਜੀ ਆ ਆਪਣਾ ਪਤਾ ਕਿੱਥੇ ਡਿਊਟੀ ਆ ਬਾਈ ਦੀ ਵੀਡੀਓ ਕਾਲ ਲਾਈ ਉਹਨੇ ਮੈਨੂੰ ਕਹਿੰਦਾ ਯਾਰ ਤੂੰ ਸਰਪੰਚ ਦੀ ਵੀਡੀਓ ਕਰਦੇ ਕਦੋਂ ਜਾਵੇਂਗਾ ਬਾਈ ਯਾਰ ਮੈਂ ਕੋਈ ਗੱਲ ਨੀ ਬਾਈ ਜਾਣਾ ਤੇ ਇੱਕ ਗੱਲ ਕਮੈਂਟ ਕਰੀ ਜਾਵੇ ਬਾਈ ਵੀਡੀਓ ਮਾੜੀ ਜਿਹੀ ਲੰਬੀ ਬਣਾਇਓ ਸਵਾਦ ਆਉਂਦਾ ਹਨਾ ਤੇ ਉਹੀ ਗੱਲ ਆ ਚਲੋ ਬਾਕੀ ਬਹੁਤ ਤਰ੍ਹਾਂ ਦੀਆਂ ਵੀਡੀਓ ਲੋਕ ਬਣਾਉਂਦੇ ਆ ਲੋਕ ਪ੍ਰੋਡਿਊਸਰ ਉਹਨਾਂ ਨੂੰ ਵੀ ਦੇਖਦੇ ਆ ਤੇ ਕੰਮ ਹੋਇਆ ਕਰਦਾ ਜੀ ਤੁਹਾਨੂੰ 100 ਫੋਨ ਆਉਂਦੇ ਆ ਅੱਜ ਹੋ ਗਿਆ ਸੰਧੂ ਆ ਹੁਣ ਦੱਸਿਓ ਮੈਂ ਡਾਟਾ ਦੱਸਿਆ ਨੀ ਬਾਲੇ ਸੱਜਣਾ ਨੂੰ ਐ ਲੱਗੂ ਪਤਾ ਨੀ ਸਰਪੰਚ ਲਵੇ ਤਾਂ ਜਾਂਦਾ ਵੀ ਇੱਧਰ ਵੀਡੀਓ ਬਾਹਰ ਕਰਿਆ ਕਰੂ ਅਜਾ ਆਏ ਆ ਆਪਾਂ ਇਕੱਲੇ ਪੈਸਿਆਂ ਵਾਸਤੇ ਨੀ ਵੀਡੀਓ ਕਰਦੇ ਆਪਣਾ ਕੰਮ ਕਰ ਤੈਨੂੰ ਵਧੀਆ ਸਰਪੰਚ ਇੱਕ ਸਰਪੰਚ ਨਾਲ ਪਿਆਰ ਕਹਿ ਲੋ ਆਪਾਂ 250-300 ਕਿਲੋਮੀਟਰ ਆ ਜਾਂਦੇ ਆ ਨਹੀਂ ਹਾਂ ਇੱਕ ਉਹੀ ਗੱਲ ਆ ਫਿਰ ਔਖਾ ਕੰਮ ਹਨਾ ਤੇ ਪਰ ਜੋ ਸਰਪੰਚ ਸੱਦੂ ਆ ਤੇ ਮਹੀਨੇ ਚ ਇਹ 4 ਵਾਰ ਸੱਦ ਲੇ ਆਪਾਂ ਆਪਦਾ ਕੰਮ ਛੱਡ ਕੇ ਫੇਰ ਵੀ ਆਵਾਂਗੇ ਜਿੱਥੇ ਖੜੇ ਆ ਸਿੰਘ ਦਾ ਸਾਰੀਆਂ ਹੋਈਆਂ ਆਪਣੀ 1 ਦਿਨ ਤੋਂ ਲੈ ਕੇ 8 ਦਿਨ ਦੇ ਤੇ 4 ਜਨਵਰ ਆਪਣੇ ਪਰਸਨ ਉਹੋ ਜਿਹੇ ਆ ਰਹੇ ਆ 25-25 ਕਿਲੋ ਜਿਹਨੇ ਮੈਂ ਦਾ ਦੁੱਧ ਨਹੀਂ ਨਾ ਕਿਤੇ ਚਵਾ ਕੇ ਦੇ ਦੇਵਾਂਗੇ ਮਾਲਕ ਨੇ ਚਾਹਿਆ ਆਪਣੇ ਮਾਝੇ ਦੇ ਸੰਧੂ ਸਾਹਿਬ ਆਪਾਂ ਲਾਈ ਚਵਾਈ ਕਰਾਵਾਂਗੇ ਰਾਤ ਰੱਖ ਕੇ ਤੁਹਾਨੂੰ ਸ਼ਾਮਾਂ ਨੂੰ ਵੀ ਅਗਲੇ ਦਿਨ ਸਵੇਰੇ ਵੀ ਉਸ ਤੋਂ ਅਗਲੇ ਦਿਨ ਸ਼ਾਮਾਂ ਨੂੰ ਚਵਾਈ ਕਰਕੇ ਫਿਰ ਘਲਾਂਗੇ ਠੀਕ ਹੈ ਟਾਈਮ ਤੁਹਾਨੂੰ ਵੀ ਕੱਢ ਕੇ ਆਉਣਾ ਪਊ ਅਗਲੇ ਦਿਨ ਵਿਹਲੇ ਹੀ ਆ ਕੋਈ ਗੱਲ ਨਹੀਂ
हस्ती मिलावांगे मत्ता भूले के ना मिलावांगे होर भी तुहानू आउणे बहुत बहुत चक्कर पहले भी ठीक है ना आने दिन तुहानू इहो जिहे चीजां दे दर्शन करावांगे भी ਜਿਹੜੀਆਂ ਤੁਸੀਂ ਦੇਖੀਆਂ ਨਹੀਂ ਹੋਣਗੀਆਂ ਜਾਂ ਦੇਖਣ ਦੇ ਯੋਗ ਹੋਣਗੀਆਂ ਉਹ ਟਾਈਮ ਆਊਗਾ ਆਉਣ ਵਾਲਾ ਟਾਈਮ ਕਹਿੰਦੇ ਉਹ ਟਾਈਮ ਆਊਗਾ ਠੀਕ ਹੈ ਸਰਪੰਚ ਸਾਹਿਬ ਫਿਰ ਹੈ ਓਕੇ ਧੰਨਵਾਦ ਜੀ ਤੁਹਾਡਾ ਪਿਆਰ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਆਪਣੇ ਵੀਰ ਹੋਰ ਵੀ ਆਏ ਆ ਤੁਹਾਡਾ ਵੀਰ ਭਿੰਡ ਸਾਹਿਬ ਵੀ ਆਏ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਨੇ ਬਹੁਤ ਬਹੁਤ ਸਾਡੇ ਚੱਲ ਕੇ ਆਏ ਨੇ ਵੀਰ ਸੈਨ ਅੰਬਰ ਸਾਹਿਬ ਲਾਗੇ ਪਿੰਡ ਆ ਤੇ ਬਹੁਤ ਧੰਨਵਾਦ ਇਹਨਾਂ ਦਾ ਵੀ ਸਾਡੇ ਘਰੇ ਆਏ ਆ ਬਹੁਤ ਜ਼ਿਆਦਾ ਦਿਨ ਭਾਜੀ ਤੁਹਾਡਾ ਮਾਂ ਜੀ ਲਓ ਇਹਨਾਂ ਨੂੰ ਇੱਕ ਤੁਸੀਂ ਆਜੋ ਉਹਨੂੰ ਸਾਹਿਬ ਤੁਹਾਡਾ ਤੇ ਹੈਗਾ ਯਾਰ ਤੁਸੀਂ ਗਰਮੀ ਤੁਪਦੇ ਆਏ ਖਾੜਨੀ ਹੈਗੀ ਮੇਰਾ ਚੇਲਾ ਹੀ ਹੈ ਮੈਨੂੰ ਤਗੜਾ ਹੋ ਜੇ ਹੋ ਗਿਆ ਨਹੀਂ ਹੁਣ ਦੇਖ ਜੇ ਉਹੀ ਗੱਲ ਮੈਂ ਕਰਾਂ ਪਹਿਲਾਂ ਮੇਰੇ ਨਾਲ ਅਸੀਂ ਪੂਰੀ ਤੇ ਮੈਂ ਇਕੱਠੇ ਰਹੇ ਉਹਨੇ ਚੈਨਲ ਚਲਾਇਆ ਜੇ ਮੈਂ ਕਹਾਂ ਵੀ ਕਿਸਾਨ ਪਸ਼ੂ ਪਾਲਕ ਵਾਲਾ ਮੇਰਾ ਕੰਮ ਉਹ ਕਰ ਲਏ ਗਲਤ ਗੱਲ ਆ ਅਸੀਂ ਇਕੱਠੀ ਰਹਿ ਕੇ ਅਸੀਂ ਇੱਕ ਦੂਜੇ ਨਾਲ ਕੋਈ ਸਾਡੇ ਚ ਕੋਈ ਅੱਜ ਵੀ ਕੋਈ ਹੁਣ ਇਹ ਆ ਤੁਹਾਡੇ ਇਲਾਕੇ ਚ ਇਹ ਪਿੰਡ ਡੇਰੀ ਵਾਲੇ ਵੀਡੀਓ ਬਣਾਉਂਦੇ ਆ ਵਪਾਰੀ ਵੀਡੀਓ ਪਾਉਂਦੇ ਆ ਫਰਕੇ ਦੇ ਡੰਗਰ ਵੇਖਦੇ ਹੀ ਦੁਕਾਨ ਤੋਂ ਸੌਦਾ ਨਹੀਂ ਮਿਲਦਾ ਤੇ ਦੂਸਰੀ ਤੇ ਆਪਾਂ ਜਾ ਸਕਦੇ ਸਾਰਿਆਂ ਨੂੰ ਸਾਰਿਆਂ ਨੂੰ ਮੌਕਾ ਦਿਓ ਤੇ ਸਾਰਿਆਂ ਨਾਲ ਪ੍ਰੇਮ ਕਰੋ ਬਸ 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 ਇਹ ਵੇਖੋ ਆਪਣਾ ਇਨਸਾਨ ਨੇ ਜ਼ਿੰਦਗੀ ਵਿੱਚ ਕੁਛ ਨਹੀਂ ਲੈਣਾ ਪੈਸਾ ਮਾਂ ਪਿਆਰ ਮਾਂ ਇੱਥੇ ਰਹਿ ਪਿਆਰ ਤੇ ਮੋਹ ਬਚ ਜਾਣਾ ਜਿਹੜੀ ਮਗਰੋਂ ਦੁਨੀਆਂ ਯਾਦ ਕਰੇ ਵੀ ਹਾਂ ਕੋਈ ਫਲਾਣਾ ਬੰਦਾ ਹੁੰਦਾ ਹੁਣ ਇਹ ਸੰਧੂ ਸਾਹਿਬ ਨੇ ਫੋਨ ਕੀਤਾ ਤੁਸੀਂ ਫੋਨ ਕੀਤਾ ਤੇ ਬੜਾ ਚਾਅ ਜਿਹਾ ਚੜਿਆ ਇਹ ਗੱਲ ਦਾ ਵੀ ਕਿਸੇ ਦੇ ਮਤਲਬ ਬੰਦੇ ਨੇ ਯਾਦ ਕੀਤਾ ਨਹੀਂ ਮੇਨ ਗੱਲ ਹੋਰ ਦੱਸਦਾ ਤੁਹਾਡੇ ਏਰੀਏ ਦੇ ਬੰਦੇ ਆ ਖਰਚਾ ਵੀ ਗੱਲਾਂ ਤੇਲ ਪਾਣੀ ਲੈਂਦੇ ਆ ਤੁਸੀਂ ਇਹਨਾਂ ਤੋਂ ਵੀਡੀਓ ਕਰਵਾ ਸਕਦੇ ਹੋ ਕਿਉਂ ਪਤਾ ਕੀ ਗੱਲ ਆ ਪਸ਼ੂ ਕਿਸੇ ਨੇ ਵੀ ਇੱਕ ਜ਼ਰੀਆ ਹੁੰਦਾ ਉਹ ਲੋਕਾਂ ਤੱਕ ਪਹੁੰਚਣੇ ਚਾਹੀਦੇ ਆ ਚਾਹੇ ਇਹਦੇ ਚੈਨਲ ਤੇ ਪਹੁੰਚ ਜਾਣ ਤੇ ਕਿਸੇ ਦੇ ਮਰਜ਼ੀ ਪਹੁੰਚ ਜਾਣ ਤਾਂ ਸੁਣੋ ਸਾਹਿਬ ਪੈਰਾਂ ਨੈਟ ਤੇ ਗਈਆਂ ਫਿਰ ਤੇ ਸਭ ਤੋਂ ਬਾਗੀ ਥੋੜਾ ਪਸ਼ੂ ਹੋਣਾ ਚਾਹੀਦਾ ਚੰਗਾ ਜਨਮਰ ਪਾਓ ਚੰਗਾ ਲਿਆਓ ਤੇ ਚੰਗਾ ਹਰ ਕਿਸਾਨ ਨੂੰ ਮਾੜੀਆਂ ਸਾਨੂੰ ਵੀ ਪਾਈ ਇਹ ਗੱਲ ਪੈਂਦੀਆਂ ਸਾਨੂੰ ਪਰ ਅੰਬਰਸਰ ਆਪਣਾ ਤੇਰਾ ਤਰਨ ਤਾਰਨ ਗੁਰਦਾਸਪੁਰ ਕੋਈ ਵੀ ਫੋਨ ਕਰੇ ਜਾਵਾਂਗੇ ਜੀ ਪਿੰਡ ਭੋਲੇ ਗਏ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਆਪਣਾ 95016 ਤੇ 58050 ਅਗਲੀ ਵੀਡੀਓ ਮੇਰਾ ਦੇਖਾਂਗੇ ਤੁਹਾਨੂੰ ਕਿਸਾਨ ਪਸ਼ੂ ਪਾਲਕ ਚੈਨਲ ਦੇ ਉਹਦੇ ਵਿੱਚ ਤੁਹਾਨੂੰ ਜੇ ਨਹੀਂ ਘਰ ਦਾ ਪਤਾ ਪਹਿਲੀ ਗੱਲ ਸਰਪੰਚ ਡੇਅਰੀ ਫਾਰਮ ਪੁੱਛ ਗਿਆ ਜੋ ਮੌਕੇ ਦੇ ਸਰਪੰਚ ਪੁੱਛ ਗਿਆ ਨਹੀਂ ਪਤਾ ਲੱਗਦਾ ਤੇ ਮੱਤਾ ਭੋਲੇ ਗਏ ਨੇ ਕਰੇ ਠੀਕ ਹੈ ਜੀ ਠੀਕ ਹੈ ਧੰਨਵਾਦ